ਜੈ ਨਾਗ ਦੇਵਤਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਭਾਜੀ 70 ਸਾਹਿਬ ਫੜੇ ਜਲੰਧਰੋਂ, ਬਰਬਾਲਾ ਤੋਂ 35 ਫੜੇ। ਸੋਚਿਆ ਕਿ ਲਾਈਨ ਚ 35 ਸਾਹਿਬ ਫੜਦੇ, ਰਿਕਾਰਡ ਟੁੱਟ ਗਿਆ ਤੋਂ ਬਾਅਦ ਕੁਛ ਨੀ ਹੋਣਾ, ਪਰ 70 ਫੜੇ ਤੋਂ ਬਾਅਦ ਇਹ ਸੋਚੀਦਾ ਹੋ ਸਕਦਾ 170 ਵੀ ਮਿਲਣਾ। ਦੋਸਤੋ ਜਿੱਦਾਂ ਕਿ ਦਮੂ ਜੀ ਆ, ਖਾਸ ਕਰਕੇ ਜਿਹੜਾ ਕੱਖ ਬਹੁਤ ਮਾੜਾ ਹੁੰਦਾ, ਜ਼ਖਮ ਜ਼ੁਖਮ ਵਗੈਰਾ ਜਿਹੜੇ ਹੋ ਜਾਂਦੇ ਆ। ਇੱਕ ਕੈਮਰਾਮੈਨ ਸਾਹਿਬ ਮੈਨੂੰ ਬਹੁਤ ਵਧੀਆ ਮਿਲਦੇ ਆ ਸਾਰੇ। ਜਿੱਦਾਂ ਕਿ ਦੋਸਤੋ ਇਹ ਦਮੂਹੀ ਆ, ਪਰ ਅਸਲ ਦੇ ਵਿੱਚ ਭਾਜੀ ਦਮੂਹੀ ਦੇ ਦੋ ਮੂੰਹ ਨਹੀਂ ਹੁੰਦੇ। ਜਿਹੜਾ ਵੀ ਵੀਰੇ ਤੇ ਆਦਾ ਕੈਮਰਾਮੈਨ ਸਾਹਿਬ, ਸਿਰਫ ਇਹ ਦਮੂਹੀ ਦਾ ਜਿਹੜਾ ਨਾ ਇੱਕ ਮੂੰਹ ਹੁੰਦਾ ਦੇਖੋ। ਅੱਛਾ ਜੀ, ਆ ਜਾਓ ਲਾਗੇ। ਸਿਰਫ ਜੋਗੀ ਤੁਹਾਨੂੰ ਵਹਿਮ ਚ ਪਾਉਂਦੇ ਆ ਕਿ ਦਮੂਹੀ ਦੇ ਦੋ ਮੂੰਹ ਹੁੰਦੇ ਆ। ਇਹ ਦੇਖੋ, ਇਹ ਸਿਰਫ ਇੱਕ ਇਹਦੀ ਪੂਛ ਆ ਲਾਗੇ ਇਹਦੇ ਕੈਮਰਾਮੈਨ ਸਾਹਿਬ, ਬਿਲਕੁਲ ਨਜ਼ਦੀਕ ਕਰਕੇ ਕਲੋਜ਼ ਅਪ। ਇਹ ਦੇਖ, ਇਹਦੇ ਤੋਂ ਕੋਈ ਡਿਜ਼ਾਈਨ ਪੈ ਰਿਹਾ ਕੋਈ ਅੱਖ ਵਗੈਰਾ? ਪਰ ਉਹ ਪਰਲੇ ਬੰਨੇ ਵੇਖ ਹੁਣ, ਉਹ ਦੇਖ ਔਰ ਆ ਮੇਨ ਮੂੰਹ ਆ, ਜਿਹੜੇ ਕਹਿੰਦੇ ਨਾ ਕਿ 6 ਮਹੀਨੇ ਬਾਅਦ ਉਹ ਮੂੰਹ ਖੁੱਲਦਾ, ਇੱਦਾਂ ਦੀ ਭਾਜੀ ਕੋਈ ਗੱਲ ਨਹੀਂ ਹੁੰਦੀ। ਪਰ ਇਹ ਜੇ ਬੰਦੇ ਦੀ ਚਮੜੀ ਦੇ ਨਾਲ ਟੱਚ ਕਰ ਦੋ ਤਾਂ ਸਕਿਨ ਗਾਲ ਦਿੰਦੀ। ਖਾਸ ਕਰਕੇ ਮਤਲਬ ਇਹ ਹੁੰਦਾ ਵਾ ਕਿ ਜਦੋਂ ਇਹਦਾ ਕਿਸੇ ਨੂੰ ਕੱਖ ਲੱਗ ਜਾਂਦਾ ਜਾਂ ਥੁੱਕ ਲੱਗ ਜਾਂਦਾ, ਇਹ ਬਹੁਤ ਪਰਸੈਂਟ ਤੱਕ ਜਿਹੜੀ ਇਨਸਾਨ ਦੀ ਸਕਿਨ ਗਾਲ ਦਿੰਦੀ। ਡਾਕਟਰ ਇੰਜੈਕਸ਼ਨ ਲਾਉਂਦੇ ਆ, ਇੰਜੈਕਸ਼ਨਾਂ ਦੇ ਨਾਲ ਇਸ ਚੀਜ਼ ਨੂੰ ਫਰਕ ਨਹੀਂ ਪੈਂਦਾ। ਖਾਸ ਕਰਕੇ ਮਤਲਬ ਜਦੋਂ ਇੱਦਾਂ ਦੀ ਚੀਜ਼ ਹੁੰਦੀ ਆ, ਲੋਕ ਹਮੇਸ਼ਾ ਚੋਗੀ ਦੇ ਚੱਕਰ 'ਚ, ਫਾਂਡੇ ਦੇ ਚੱਕਰ 'ਚ ਪੈਂਦੇ ਆ। ਪਰ ਕੁਝ ਦੇਸੀ ਦਵਾਈਆਂ ਹੁੰਦੀਆਂ ਵਾ, ਕਿਸੇ ਦੀ ਸਕਿਨ ਗਲੀ ਹੋਏ ਤਾਂ ਠੀਕ ਹੋ ਜਾਂਦੀ ਆ। ਜਿੱਦਾਂ ਕਿ ਵੇਖੋ ਕੈਮਰਾਮੈਨ ਸਾਹਿਬ ਮੜੇ ਲੱਗ ਗਿਆ ਹੁਣ, ਲੱਗ ਗਿਆ। ਆਹ ਦੇਖ ਇੱਕ ਬੰਨੇ ਜੀਭ ਕੱਢ ਰਹੀ ਆ, ਮੈਂ ਡਰਾਉਂਦਾ ਨਹੀਂ ਤੈਨੂੰ, ਬੇਫਿਕਰ ਹੋ ਜਾ। ਆਹ ਦੇਖ ਜੀਭ ਕੱਢ ਰਹੀ ਹੈ ਨਾ, ਆਹ ਹੁਣ ਦੂਜੇ ਬੰਨੇ ਵੇਖ, ਇਹ ਦੋਨੋਂ ਮੂੰਹਾਂ ਦੇ ਵਿੱਚ ਕਿੰਨਾ ਫਰਕ ਆ, ਹੈਗਾ ਵਾ ਨਾ? ਹਾਂਜੀ ਹਾਂਜੀ। ਉਧਰਲੇ ਬੰਨੇ ਮੈਂ ਆਪਣਾ ਮੂੰਹ ਹੱਥ ਨਹੀਂ ਖੜਦਾ, ਕਿਉਂਕਿ ਜੇ ਇਹਨੇ ਬਾਈਟ ਕੀਤਾ ਹੋ ਸਕਦਾ ਮੇਰੀ ਵੀ ਸਕਿਨ ਗਲ 'ਚ। ਅਤੇ ਇੱਧਰਲੇ ਬੰਨੇ ਆ ਵੇਖ ਲਾ ਵੀ ਇਹਨੇ ਕੁਛ ਨਹੀਂ ਹੈਗਾ, ਸਿਰਫ ਇੱਕ ਪੂਛ ਆ ਨੋਰਮਲ ਜਿਹਾ। ਦੇਖ ਮੈਂ ਹਮੇਸ਼ਾ ਡਰਾਇਆ ਨਹੀਂ ਲੋਕਾਂ ਨੂੰ ਭਾਜੀ, ਮੈਂ ਸਮਝਾਇਆ ਵਾ। ਅਤੇ ਜਿੱਦਾਂ ਕਿ ਮੇਰੇ ਵੱਡੇ ਵੱਡੇ ਉਸਤਾਦ ਵੀ ਆ ਗਏ, ਅਕਾਲੀ ਮਹਾਰਾਜ ਜੀ ਕਿੱਦਾਂ ਫਿਰ? ਭਾਜੀ ਰੁਕੋ, ਥੰਮੇ ਥੰਮੇ ਲੱਗ ਗਏ ਹੁਣ ਮੈਂ ਤੁਹਾਡੇ, ਰੁਕ ਜਾਓ ਮੇਰੇ ਨੇੜੇ ਆ ਜਾਓ, ਇੱਧਰ ਆ ਜਾਓ। ਦੇਖੋ ਜ਼ਿਆਦਾਤਰ ਲੋਕ ਸਾਨੂੰ ਥੋੜ੍ਹੇ ਜਿਹੇ ਪੈਸੇ ਦੇਣ ਮਾਰੇ ਨਾ, ਸੱਪ ਵਗੈਰਾ ਮਾਰ ਦਿੰਦੇ। ਮੈਂ ਕਿਹਾ ਫੇਰ ਵੀ ਤੁਸੀਂ ਚੰਗੇ ਬੰਦੇ ਜੇ, ਵੀ ਗਲੀ ਦੇ ਵਿੱਚੋਂ ਸੱਪ ਫੜਾਉਣ ਦੀ ਵੀ ਤੁਸੀਂ ਮੈਨੂੰ ਸੇਵਾ ਦੇਣ ਦੇ। ਪਰ ਪਤਾ ਗੱਲ ਕੀ ਆ, ਮੈਂ ਵੀ ਹੁਣ 1500-2000 ਵੀਡੀਓ ਭਾਜੀ ਨੈੱਟ 'ਤੇ ਪਾਈ ਆ, ਮੈਨੂੰ ਵੀ 2 ਰੁਪਈਏ ਨਹੀਂ ਆਉਂਦੇ, ਜਾਂ ਮੈਨੂੰ ਵੀ ਥੋੜ੍ਹੇ ਬਹੁਤੇ ਯੂਟਿਊਬ ਵੱਲੋਂ ਪੈਸੇ ਆਉਣ ਡੈ ਪੈਂਦੇ। ਹੋ ਸਕਦਾ ਮੈਂ ਆਪਣੀ ਲਾਈਫ 'ਚ ਕੰਮ ਹੀ ਫ੍ਰੀ ਕਰ ਦਿੰਦਾ। ਇਹ ਤਾਂ ਵੇਖੋ ਆਪਣੇ ਸ਼ਹਿਰ ਦੇ ਵਿੱਚ ਵੱਡੇ ਬੰਦਿਆਂ ਨੂੰ ਚਾਹੀਦੀ ਇਹ ਚੀਜ਼ਾਂ ਮਤਲਬ। ਚਲੋ ਪਰ ਨਹੀਂ ਸਪੋਰਟ ਕੋਈ ਲੋਕਾਂ ਵੱਲੋਂ ਯੂਟਿਊਬ 'ਤੇ ਮਿਲੀ, ਹੁਣ 2000 ਵੀਡੀਓ ਪਾ ਲਈ ਆ, 20-22 ਸਾਲ ਦੀ ਮਿਹਨਤ ਔਰ ਕਿੰਨੀ ਕੁ ਕਰ ਲਾਂਗੇ। ਸੱਤੇ ਜਾਣੇ ਸੱਤੇ ਯੂਟਿਊਬ 'ਤੇ ਪਾਵਾਂਗੇ ਅੱਜ। ਸਾਰੇ ਦੀ ਬੜੀ ਸਕਿਨ ਚਮਕਣੀ ਨਹੀਂ ਹੁੰਦੀ ਆ, ਕੋਈ ਨਹੀਂ। ਪਰ ਦੋਸਤੋ ਆ ਦੇਖੋ, ਕਿਸੇ ਦੀ ਵੀ ਸਕਿਨ ਖਰਾਬ ਹੋ ਜਾਂਦੀ ਜਾਂ ਚਮੜੀ ਤੇ ਗਲ ਜਾਂਦੀ ਆ, ਤਾਂ ਕਾਫੀ ਚੀਜ਼ਾਂ ਦਾ ਅਸੀਂ ਟ੍ਰੀਟਮੈਂਟ ਕਰਦੇ ਹਾਂ, ਤੁਸੀਂ ਮੈਨੂੰ ਬੁਲਾ ਸਕਦੇ। ਆ ਦੇਖੋ ਹੁਣ ਇਹ ਮੇਰੇ ਤੇਲ ਜਿਹਾ ਨਿਕਲਿਆ, ਇਹ ਦੇਖੋ। ਮੈਂ ਵੀ ਇਹਨੂੰ ਫੜਨ ਤੋਂ ਬਾਅਦ ਜੋ ਭਾਜੀ ਕਿਸੇ ਖਾਸ ਦੇਸੀ ਦਵਾਈ ਦੇ ਨਾਲ ਆਪਣੇ ਹੱਥ ਵਾਸ਼ ਕਰਦੇ ਹਾਂ। ਉੱਦਾਂ ਅਸੀਂ ਸੱਪ ਫੜਦੇ, ਮੈਂ ਕਦੇ ਹੱਥ ਵਾਸ਼ ਕੀਤੇ ਹੀ ਨਹੀਂ ਹੈਗੇ, ਕਿਉਂ ਕਾਲੀ ਕਦੇ ਹੱਥ ਧੋਏ ਆ। ਪਰ ਜੇ ਚੀਜ਼ ਨੂੰ ਫੜ ਕੇ ਹੱਥ ਨਹੀਂ ਧੋਂਦਾ, ਤਾਂ ਫਿਰ ਮੇਰੀ ਵੀ ਥੋੜ੍ਹੀ ਸਕਿਨ ਗਲਣ ਦਾ ਟੈਨਸ਼ਨ ਹੁੰਦੀ ਆ। ਦੋਸਤੋ ਲਾਈਕ ਸ਼ੇਅਰ ਕਮੈਂਟ ਕਰਿਓ, ਬਾਕੀ ਮਰਜ਼ੀ ਆ ਤੁਹਾਡੀ, ਸ਼ੇਅਰ ਕਰਦਾ ਕਰ ਦਿਓ, ਨਹੀਂ ਕਰਦਾ ਤਾਂ ਨਾ ਕਰ ਦਿਓ। ਕਿਸੇ ਨੂੰ ਸਕਿਨ ਦੀ ਐਲਰਜੀ ਆ, ਕਿਸੇ ਦਾ ਟਾਈਫਾਇਡ ਨਹੀਂ ਠੀਕ ਹੁੰਦਾ, ਕਾਫੀ ਚੀਜ਼ਾਂ ਵੀ ਅਸੀਂ ਦੇਸੀ ਦਵਾਈ ਕਰਦੇ ਹਾਂ। ਕਿਸੇ ਨੂੰ ਸੱਪ ਵਗੈਰਾ ਕੱਟਦਾ ਵਾ ਰਾਤ 1 ਵਜੇ 2 ਵਜੇ,
ਬੇਫਿਕਰ ਹੋ ਕੇ ਮੇਰੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਜੇ, ਕਿਉਂਕਿ ਕੋਈ ਮਾੜੀ ਮੋਟੀ ਸਲਾਹ ਮਸ਼ੋਰਾ ਲੈ ਲੈਂਦੇ, ਹਰ ਇੱਕ ਕੋਲ ਕੈਮਰਾ ਵਾ। ਕਈ ਵੀਰ ਹੀ ਹੁੰਦੇ ਆ ਵੀ ਜਦੋਂ ਉਹਨਾਂ ਨੂੰ ਸੱਪ ਬਾਈਟ ਹੁੰਦਾ ਫੋਟੋ ਖਿੱਚ ਲੈਂਦੇ ਆ, ਫੋਟੋ ਖਿੱਚ ਕੇ ਸਾਨੂੰ ਫੋਟੋ ਸੈਂਡ ਕਰ ਦਿਓ, ਅਸੀਂ ਗਿਣਤੀ ਦੇ ਇੱਕ ਸੈਕਿੰਡ 'ਚ ਦੱਸ ਦਾਂਗੇ ਕਿ ਸੱਪ ਕਿਹੜੀ ਨਸਲ ਦਾ, ਕੀ ਇਹਦਾ ਬਾਇਓਡੇਟਾ, ਕੀ ਇਹਦਾ ਪ੍ਰੋਸੀਜਰ ਵਾ। ਅਤੇ ਸਾਰੇ ਸੱਪ ਜ਼ਹਿਰ ਵਾਲੇ ਨਹੀਂ ਹੁੰਦੇ, ਆ ਝੋਨੇ ਦੇ ਸੀਜ਼ਨ ਚੱਲਣੇ ਆ ਭਾਜੀ, 7-8 ਮਰੀਜ਼ ਸੱਪ ਲੜੇ ਵਾਲੇ ਵਿੱਚ ਆਏ ਆ ਆਹ ਹਫ਼ਤੇ ਦੇ ਵਿੱਚ ਵਿੱਚ ਹੀ। ਤਾਂ ਜਿੰਨਾ ਚਿਰ ਝੋਨਾ ਰਹਿਣੇ ਆ ਮੇਰੇ ਹਿਸਾਬ ਨਾਲ ਰੋਜ਼ ਹੀ ਕੋਈ ਨਾ ਕੋਈ ਸੱਪ ਲੜੇ ਵਾਲਾ ਮੇਰੇ ਕੋਲ ਆਇਆ ਰਹਿੰਦਾ। ਪਰ ਜਿੱਥੇ ਜੋ ਵੀ ਪ੍ਰੋਸੀਜਰ ਹੈਗਾ ਵਾ, ਹਰ ਇੱਕ ਪ੍ਰੋਸੀਜਰ ਕਰੀਦਾ ਵਾ। ਹੁਣ ਬੇਦੀ ਸਾਹਿਬ ਦੇ ਭਈਆਂ ਨੂੰ ਸੱਪ ਕੱਟਿਆ ਸੀ, ਉਹਨਾਂ ਨੂੰ ਅੰਮ੍ਰਿਤਸਰ ਜਾ ਕੇ ਇੰਜੈਕਸ਼ਨ ਵੀ ਆਪਣੇ ਹੱਥੀ ਲਵਾਏ, ਕਿਉਂਕਿ ਲਾਈਫ 'ਚ ਇੱਕ ਦੋ ਸੱਪ ਪੰਜਾਬ ਦਾ ਇਹੋ ਜਿਹਾ ਵਾ ਵੀ ਜਿਹਨਾਂ ਦੇ ਉੱਤੇ ਦੇਸੀ ਦਵਾਈ ਕਾਟ ਨਹੀਂ ਕਰਦੇ, ਬਾਕੀ ਜਿੰਨੇ ਵੀ ਸੱਪ ਆ ਉਹਦੇ ਉੱਤੇ ਦੇਸੀ ਦਵਾਈ ਜਿਹੜੀ ਆ ਕਾਟ ਕਰ ਜਾਂਦੀ ਆ। ਅਤੇ ਮੇਨ ਮਕਸਦ ਸਾਡਾ ਇਹ ਨਹੀਂ ਆ ਵੀ ਸੱਪ ਲੜੇ ਤਾਂ ਅਸੀਂ ਬੰਦੇ ਨੂੰ ਕਾਇਮ ਕਰੀਏ, ਮੇਨ ਮਕਸਦ ਇਹੋ ਹੀ ਆ ਵੀ ਬੰਦਾ ਕਿਸ ਤਰੀਕੇ ਨਾਲ ਠੀਕ ਹੁੰਦਾ। ਅਤੇ ਦੇਖੋ ਸਰ ਕਿੱਡਾ ਬਿਊਟੀਫੁੱਲ ਜਾਨਵਰ ਆ, ਕੱਟ ਦੇ ਦੋਸਤੋ। ਜਿੱਦਾਂ ਕਿ ਸੱਪ ਡੱਬੇ ਦੇ ਵਿੱਚ ਪਾਉਂਦਾ ਵੀ ਭਾਜੀ ਇੱਕ ਆਪਣਾ ਤਰੀਕਾ ਹੁੰਦਾ, ਅਤੇ ਮੈਂ ਤਾਂ ਬੜਾ ਰੌਲਾ ਪਾਉਂਦਾ ਕਿ ਵੀਡੀਓ ਦੇਖ ਕੇ ਸੱਪ ਫੜਨ ਦੀ ਕੋਸ਼ਿਸ਼ ਨਾ ਕਰਿਆ ਕਰੋ। ਜਿਹੜੇ ਬੰਦੇ ਦਾ ਕੰਮ ਆ ਨਾ ਭਾਜੀ, ਉਹਨੂੰ ਪਤਾ ਹੁੰਦਾ ਮੈਂ ਕਿੱਦਾਂ ਕਰਨਾ ਵਾ। ਅਤੇ ਕਈ ਮੇਰੇ ਦੋਸਤ ਜਿਹੜੇ ਆ ਵੀਡੀਓ ਦੇਖ ਕੇ ਡੱਬੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਆਪ ਨਾ ਪਾਇਆ ਕਰੋ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੋਸਤ, ਕਿਸੇ ਮਿੱਤਰ, ਕਿਸੇ ਵੀਰ ਦਾ, ਕਿਸੇ ਦਾ ਵੀ ਨੁਕਸਾਨ ਹੋਏ। ਕੱਟਦੇ